ਕੀ ਕਹਿਣਾ ਚਾਹੋਗੇ? ਇੱਕ ਤੁਹਾਨੂੰ ਮਸ਼ੀਨਾਂ ਦਿੱਤੀਆਂ ਨੇ, ਉਹ ਕਾਹਦੇ ਵਾਸਤੇ ਹੈ, ਕੀ ਚੀਜ਼ ਹੈ? ਇੱਕ ਸਾਡੇ ਪੁਲਿਸ ਡਿਪਾਰਟਮੈਂਟ ਨੂੰ ਟ੍ਰੈਫਿਕ ਪੁਲਿਸ ਇੰਪਲਾਈਜ਼ ਨੂੰ ਇੱਕ ਮਸ਼ੀਨਾਂ ਦਿੱਤੀਆਂ, ਆਹ ਔਨਲਾਈਨ ਪੇਮੈਂਟ ਲਈ ਆ ਗਿਆ, ਇਸ ਨੂੰ ਸਮਾਈਲ ਪੇਮੈਂਟ ਮੋਬਾਈਲ ਡਿਪਾਰਟਮੈਂਟ ਇਹ ਮਸ਼ੀਨ ਦਾ ਨਾਮ ਹੈਗਾ। ਇਸ 'ਚ ਔਨਲਾਈਨ ਪੇਮੈਂਟ ਮੌਕੇ 'ਤੇ ਕਈ ਵਾਰ ਕਿਸੇ ਕਸਟਮ ਵਿਅਕਤੀ ਦਾ ਚਲਾਨ ਹੋ ਜਾਂਦਾ ਹੈਗਾ, ਮਸ਼ੀਨ ਨਹੀਂ ਹੁੰਦੀ ਗੀ, ਉਸ ਨੂੰ ਔਨਲਾਈਨ ਆਪਦੀ ਕਾਰਡ ਰਾਹੀਂ ਵੀ ਪੇਮੈਂਟ ਕਰ ਸਕਦਾ, ਜਾਂ ਇਸ ਤੋਂ ਸਿੱਧੀ ਡਾਇਰੈਕਟ ਜਿਵੇਂ ਫੋਨਪੇ ਗੂਗਲ ਪੇ ਉਸ ਰਾਹੀਂ ਪੇਮੈਂਟ ਇਸ ਦੀ ਹੋ ਸਕਦੀ ਹੈ। ਹੋਰ ਕੀ ਫੰਕਸ਼ਨ ਹੈਗੇ, ਕੀ ਕਿਸ ਤਰ੍ਹਾਂ ਇਹ ਚੱਲੂਗੀ ਜੀ? ਇਸ ਦੀ ਹਰੇਕ ਜਿਹੜੇ ਵੀ ਵਿਅਕਤੀ ਹੈਗੇ ਉਸਦੀ ਪਰਸਨਲ ਆਈਡੀ ਹੋਊਗੀ, ਅਤੇ ਉਸਦੀ ਆਈਡੀ ਤੋਂ ਉਹ ਪੈਸੇ ਜਿੰਨਾ ਵੀ ਉਸਦਾ ਔਨਲਾਈਨ ਜੁਰਮਾਨਾ ਆਉਂਦਾ ਉਹ ਭਰੂਗਾ, ਅਤੇ ਉਹ ਜਿਹੜਾ ਵੀ ਸਰਕਾਰ ਦਾ ਖਾਤਾ ਹੈਗਾ ਉਹਦੇ ਵਿੱਚ ਡਾਇਰੈਕਟ ਪੇਮੈਂਟ ਉੱਥੇ ਜਾਊਗਾ। ਜਿਹੜੇ ਜੁਰਮਾਨੇ ਬਾਰੇ ਵੀ ਇਹਦੇ 'ਚ ਕੋਈ ਜਾਣਕਾਰੀ ਹੋਊਗੀ, ਜਿਵੇਂ ਕੋਈ ਰੈਡ ਲਾਈਟ ਜੰਪ ਕਰਦਾ ਹੈਗਾ ਤੇ ਜਾਂ ਹੋਰ? ਹਾਂ, ਰੈਡ ਲਾਈਟ ਜਿਵੇਂ ਜੰਪ ਕਰਦਾ ਉਹ ਆਲਰੇਡੀ ਸਾਡੇ ਪੁਲਿਸ ਡਿਪਾਰਟਮੈਂਟ ਕੋਲ ਉਹ ਆਏ ਵੇ ਹੈਗੇ ਸੰਬੰਧਿਤ ਟਰਾਂਸਪੋਰਟ ਪਾਰਟ ਤੋਂ, ਵੀ ਜੇ ਕੋਈ ਰੈਡ ਜੰਪ ਕਰਦਾ ਉਹਦਾ ਇੰਨਾ ਫਾਈਨ ਹੈ, ਕੋਈ ਟ੍ਰਿਪਲ ਰਾਈਡਿੰਗ ਆ ਉਹਦਾ ਇੰਨਾ ਫਾਈਨ ਹੈ, ਬਲੈਕ ਫਿਲਮ ਜਾ ਇੰਨਾ ਫਾਈਨ ਹੈ, ਉਹਦੇ ਅਲੱਗ ਅਲੱਗ ਉਸ ਮੁਤਾਬਕ ਪੇਮੈਂਟ ਇਹਦਾ ਫਾਈਨ ਹੋਊਗਾ। ਜਿਵੇਂ ਇਹਦੀ ਪੇਮੈਂਟ ਹੋਊਗੀ, ਹਾਂਜੀ, ਫਿਰ ਆਪਣੇ ਪੰਜਾਬ ਪੁਲਿਸ ਦੇ ਖਾਤੇ ਜਾਊਗੀ ਜਾਂ ਸਰਕਾਰ ਕੋਲ ਜਾਂ ਕਿੱਥੇ ਜਾਊਗੀ? ਹਾਂ, ਪੰਜਾਬ ਪੁਲਿਸ ਖਾਤਾ 'ਚ ਜਮ੍ਹਾਂ ਹੋ ਕੇ ਫਿਰ ਸਰਕਾਰ ਦੇ ਖਾਤੇ 'ਚ ਜਾਂਦੀ ਹੈ। ਜਿਵੇਂ ਪਹਿਲਾਂ ਜਿਵੇਂ ਕੋਈ ਲੋਕ ਆਰਟੀਏ ਦਫ਼ਤਰ ਜਾਂਦੇ ਸੀ ਆਪਦਾ ਚਲਾਨ ਭਰਨ, ਉੱਥੇ ਪੇਮੈਂਟ ਜਮ੍ਹਾਂ ਕਰਵਾਉਂਦੇ ਸੀ, ਉਸ ਤੋਂ ਬਾਅਦ ਸਰਕਾਰ ਦੇ ਖਾਤੇ 'ਚ ਜਾਂਦੀਆਂ ਸੀਗੀਆਂ, ਉਵੇਂ ਪੁਲਿਸ ਦਾ ਇੱਕ ਵੱਖਰਾ ਅਕਾਊਂਟ ਹੋਊਗਾ, ਉਸ ਅਕਾਊਂਟ 'ਚ ਜਾ ਕੇ ਅਤੇ ਇਹ ਸਰਕਾਰ ਦੇ ਖਾਤੇ 'ਚ ਜਾਣੇ। ਇਹ ਇਕੱਲੇ ਕਾਰਡ ਤੇ ਹੋਵੇਗਾ ਜਾਂ ਕਈ ਵਾਰੀ ਨਕਦ ਜੇ ਕੋਈ ਦੇਣਾ ਚਾਹੁੰਦਾ ਉਹਦੀ ਵੀ ਇਹਦੇ 'ਚ ਰਸੀਦ ਨਿਕਲੂਗੀ ਜਾਂ ਕੋਈ ਅੱਗੇ ਵਾਲਾ ਸਿਸਟਮ ਚੱਲੂਗਾ? ਹਾਂਜੀ ਹਾਂਜੀ, ਜੇ ਕੋਈ ਨਕਦ ਦੇਣਾ ਚਾਹੁੰਦਾ ਉਹਦੇ ਕੋਲ, ਸਾਡੇ ਕੋਲ ਵੈਸੇ ਵੀ ਇੱਕ ਹੈਗੀਆਂ ਰਸੀਦਾਂ ਹੈਗੀਆਂ, ਉਹ ਜਿਹੜੀਆਂ ਔਨਲਾਈਨ ਮੌਕੇ 'ਤੇ ਹੀ ਅਸੀਂ ਉਹਨਾਂ ਦਾ ਫਾਈਨ ਭਰਵਾ ਲੈਂਦੇ ਹਾਂਗੇ। ਅਤੇ ਜੇ ਵਾਰ ਇਹ ਬਠਿੰਡਾ ਡਿਸਟ੍ਰਿਕਟ ਨੂੰ 25-25 ਮਸ਼ੀਨਾਂ ਆਈਆਂ ਹੈਗੀਆਂ, ਜਿਹੜੀਆਂ ਹਰੇਕ ਕਰਮਚਾਰੀ ਹੈ ਜਿਹੜੇ ਨਾਕਿਆਂ 'ਤੇ ਡਿਊਟੀ ਜਾਂਦੀ ਹੈ ਕਿ ਟ੍ਰੈਫਿਕ ਦੀ, ਉਹਨਾਂ ਨੂੰ ਇਸ਼ੂ ਕੀਤੀਆਂ ਗਈਆਂ ਹੈਗੀਆਂ, ਅਤੇ ਇਹ ਵਰਕਿੰਗ ਹਾਲਤ 'ਚ ਕਦੋਂ ਤੋਂ ਇਹ ਸ਼ੁਰੂ ਹੋ ਜਾਣ? ਇਹ ਵਿਦਨ ਹੋ ਸਕਦਾ ਮੰਡੇ ਤੋਂ ਹੀ ਸਟਾਰਟ ਹੋ ਜਾਣ, ਕਿਉਂਕਿ ਨਾ ਇਸ ਸੰਬੰਧੀ ਪ੍ਰੋਪਰ ਜਾਣਕਾਰੀ ਵੀ ਕਿਵੇਂ ਆਈਡੀ ਕਰਨੀ ਕੀ ਕਰਨੀ ਆ, ਉਹ ਆਈਡੀਆਂ ਤਿਆਰ ਹੋ ਕੇ ਆ ਜਾਣਗੀਆਂ, ਅਤੇ ਉਸ ਮੁਤਾਬਕ ਇਹ ਚੱਲੂ। ਇਹਦੇ ਵਿੱਚ ਹੋਰ ਵੀ ਕੋਈ ਫੰਕਸ਼ਨ ਹੈ ਜਿਵੇਂ ਕੋਈ ਵੀਡੀਓ ਬਣਾਉਣਾ ਜਾਂ ਕੋਈ ਰਿਕਾਰਡਿੰਗ? ਹਾਂ, ਜਿਵੇਂ ਮੋਬਾਈਲ 'ਚ ਫੰਕਸ਼ਨ ਹੈਗੇ ਹੈਗੇ, ਉਹ ਇਸ 'ਚ ਵੀ ਫੰਕਸ਼ਨ ਹੈਗੇ ਹੈਗੇ ਸੈਪਰੇਟ 'ਚ, ਇਹ ਸਾਰਾ ਕੁਝ ਫੰਕਸ਼ਨ ਹੈਗੇ, ਉਹ ਵੀ ਇਹ 'ਚ ਕਈ ਵਾਰ ਕੋਈ ਬੰਦਾ ਮਿਸਬਿਹੇਵ ਕਰਨ ਲੱਗ ਜਾਂਦਾ ਜਾਂ ਮੌਕੇ 'ਤੇ ਹੈਗੀ ਹੈ, ਤਾਂ ਉਹ ਵੀ ਇਹ 'ਚ ਰਿਕਾਰਡਿੰਗ ਹੈ। ਕੀ ਕਹਿਣਾ ਚਾਹੋਗੇ, ਇੱਕ ਤੁਹਾਨੂੰ ਮਸ਼ੀਨਾਂ ਦਿੱਤੀਆਂ ਨੇ, ਉਹ ਕਾਹਦੇ ਵਾਸਤੇ ਹੈ, ਕੀ ਚੀਜ਼ ਹੈ? ਇੱਕ ਸਾਡੇ ਪੁਲਿਸ ਡਿਪਾਰਟਮੈਂਟ ਨੂੰ ਟ੍ਰੈਫਿਕ ਪੁਲਿਸ ਇੰਪਲਾਈਜ਼ ਨੂੰ ਇੱਕ ਮਸ਼ੀਨਾਂ ਦਿੱਤੀਆਂ, ਆਹ ਔਨਲਾਈਨ ਪੇਮੈਂਟ ਲਈ ਆ ਗਿਆ, ਇਸ ਨੂੰ ਸਮਾਈਲ ਪੇਮੈਂਟ ਮੋਬਾਈਲ ਡਿਪਾਰਟਮੈਂਟ ਇਹ ਮਸ਼ੀਨ ਦਾ ਨਾਮ ਹੈਗਾ। ਇਸ 'ਚ ਔਨਲਾਈਨ ਪੇਮੈਂਟ ਮੌਕੇ 'ਤੇ ਕਈ ਵਾਰ ਕਿਸੇ ਕਸਟਮ ਵਿਅਕਤੀ ਦਾ ਚਲਾਨ ਹੋ ਜਾਂਦਾ ਹੈਗਾ, ਮਸ਼ੀਨ ਨਹੀਂ ਹੁੰਦੀ ਗੀ, ਉਸ ਨੂੰ ਔਨਲਾਈਨ ਆਪਦੀ ਕਾਰਡ ਰਾਹੀਂ ਵੀ ਪੇਮੈਂਟ ਕਰ ਸਕਦਾ, ਜਾਂ ਇਸ ਤੋਂ ਸਿੱਧੀ ਡਾਇਰੈਕਟ ਜਿਵੇਂ ਫੋਨਪੇ ਗੂਗਲ ਪੇ ਉਸ ਰਾਹੀਂ ਪੇਮੈਂਟ ਇਸ ਦੀ ਹੋ ਸਕਦੀ ਹੈ। ਹੋਰ ਕੀ ਫੰਕਸ਼ਨ ਹੈਗੇ, ਕੀ ਕਿਸ ਤਰ੍ਹਾਂ ਇਹ ਚੱਲੂਗੀ ਜੀ? ਇਸ ਦੀ ਹਰੇਕ ਜਿਹੜੇ ਵੀ ਵਿਅਕਤੀ ਹੈਗੇ ਉਸਦੀ ਪਰਸਨਲ ਆਈਡੀ ਹੋਊਗੀ, ਅਤੇ ਉਸਦੀ ਆਈਡੀ ਤੋਂ ਉਹ ਪੈਸੇ ਜਿੰਨਾ ਵੀ ਉਸਦਾ ਔਨਲਾਈਨ ਜੁਰਮਾਨਾ ਆਉਂਦਾ ਉਹ ਭਰੂਗਾ, ਅਤੇ ਉਹ ਜਿਹੜਾ ਵੀ ਸਰਕਾਰ ਦਾ ਖਾਤਾ ਹੈਗਾ ਉਹਦੇ ਵਿੱਚ ਡਾਇਰੈਕਟ ਪੇਮੈਂਟ ਉੱਥੇ ਜਾਊਗਾ। ਜਿਹੜੇ ਜੁਰਮਾਨੇ ਬਾਰੇ ਵੀ ਇਹਦੇ 'ਚ ਕੋਈ ਜਾਣਕਾਰੀ ਹੋਊਗੀ, ਜਿਵੇਂ ਕੋਈ ਰੈਡ ਲਾਈਟ ਜੰਪ ਕਰਦਾ ਹੈਗਾ ਤੇ ਜਾਂ ਹੋਰ? ਹਾਂ, ਰੈਡ ਲਾਈਟ ਜਿਵੇਂ ਜੰਪ ਕਰਦਾ ਉਹ ਆਲਰੇਡੀ ਸਾਡੇ ਪੁਲਿਸ ਡਿਪਾਰਟਮੈਂਟ ਕੋਲ ਉਹ ਆਏ ਵੇ ਹੈਗੇ ਸੰਬੰਧਿਤ ਟਰਾਂਸਪੋਰਟ ਪਾਰਟ ਤੋਂ, ਵੀ ਜੇ ਕੋਈ ਰੈਡ ਜੰਪ ਕਰਦਾ ਉਹਦਾ ਇੰਨਾ ਫਾਈਨ ਹੈ, ਕੋਈ ਟ੍ਰਿਪਲ ਰਾਈਡਿੰਗ ਆ ਉਹਦਾ ਇੰਨਾ ਫਾਈਨ ਹੈ, ਬਲੈਕ ਫਿਲਮ ਜਾ ਇੰਨਾ ਫਾਈਨ ਹੈ, ਉਹਦੇ ਅਲੱਗ ਅਲੱਗ ਉਸ ਮੁਤਾਬਕ ਪੇਮੈਂਟ ਇਹਦਾ ਫਾਈਨ ਹੋਊਗਾ। ਜਿਵੇਂ ਇਹਦੀ ਪੇਮੈਂਟ ਹੋਊਗੀ, ਫਿਰ ਆਪਣੇ ਪੰਜਾਬ ਪੁਲਿਸ ਦੇ ਖਾਤੇ ਜਾਊਗੀ ਜਾਂ ਸਰਕਾਰ ਕੋਲ ਜਾਂ ਕਿੱਥੇ ਜਾਊਗੀ? ਹਾਂ, ਪੰਜਾਬ ਪੁਲਿਸ ਖਾਤਾ 'ਚ ਜਮ੍ਹਾਂ ਹੋ ਕੇ ਫਿਰ ਸਰਕਾਰ ਦੇ ਖਾਤੇ 'ਚ ਜਾਂਦੀ ਹੈ। ਜਿਵੇਂ ਪਹਿਲਾਂ ਜਿਵੇਂ ਕੋਈ ਲੋਕ ਆਰਟੀਏ ਦਫ਼ਤਰ ਜਾਂਦੇ ਸੀ ਆਪਦਾ ਚਲਾਨ ਭਰਨ, ਉੱਥੇ ਪੇਮੈਂਟ ਜਮ੍ਹਾਂ ਕਰਵਾਉਂਦੇ ਸੀ, ਉਸ ਤੋਂ ਬਾਅਦ ਸਰਕਾਰ ਦੇ ਖਾਤੇ 'ਚ ਜਾਂਦੀਆਂ ਸੀਗੀਆਂ, ਉਵੇਂ ਪੁਲਿਸ ਦਾ ਇੱਕ ਵੱਖਰਾ ਅਕਾਊਂਟ ਹੋਊਗਾ, ਉਸ ਅਕਾਊਂਟ 'ਚ ਜਾ ਕੇ ਅਤੇ ਇਹ ਸਰਕਾਰ ਦੇ ਖਾਤੇ 'ਚ ਜਾਣੇ। ਇਹ ਇਕੱਲੇ ਕਾਰਡ ਤੇ ਹੋਵੇਗਾ ਜਾਂ ਕਈ ਵਾਰੀ ਨਕਦ ਜੇ ਕੋਈ ਦੇਣਾ ਚਾਹੁੰਦਾ ਉਹਦੀ ਵੀ ਇਹਦੇ 'ਚ ਰਸੀਦ ਨਿਕਲੂਗੀ ਜਾਂ ਕੋਈ ਅੱਗੇ ਵਾਲਾ ਸਿਸਟਮ ਚੱਲੂਗਾ? ਹਾਂਜੀ ਹਾਂਜੀ, ਜੇ ਕੋਈ ਨਕਦ ਦੇਣਾ ਚਾਹੁੰਦਾ ਉਹਦੇ ਕੋਲ, ਸਾਡੇ ਕੋਲ ਵੈਸੇ ਵੀ ਇੱਕ ਹੈਗੀਆਂ ਰਸੀਦਾਂ ਹੈਗੀਆਂ, ਉਹ ਜਿਹੜੀਆਂ ਔਨਲਾਈਨ ਮੌਕੇ 'ਤੇ ਹੀ ਅਸੀਂ ਉਹਨਾਂ ਦਾ ਫਾਈਨ ਭਰਵਾ ਲੈਂਦੇ ਹਾਂਗੇ। ਅਤੇ ਜੇ ਵਾਰ ਇਹ ਬਠਿੰਡਾ ਡਿਸਟ੍ਰਿਕਟ ਨੂੰ 25-25 ਮਸ਼ੀਨਾਂ ਆਈਆਂ ਹੈਗੀਆਂ, ਜਿਹੜੀਆਂ ਹਰੇਕ ਕਰਮਚਾਰੀ ਹੈ ਜਿਹੜੇ ਨਾਕਿਆਂ 'ਤੇ ਡਿਊਟੀ ਜਾਂਦੀ ਹੈ ਕਿ ਟ੍ਰੈਫਿਕ ਦੀ, ਉਹਨਾਂ ਨੂੰ ਇਸ਼ੂ ਕੀਤੀਆਂ ਗਈਆਂ ਹੈਗੀਆਂ, ਅਤੇ ਇਹ ਵਰਕਿੰਗ ਹਾਲਤ 'ਚ। ਕਦੋਂ ਤੋਂ ਇਹ ਸ਼ੁਰੂ ਹੋ ਜਾਣ? ਇਹ ਵਿਦਨ ਹੋ ਸਕਦਾ ਮੰਡੇ ਤੋਂ ਹੀ ਸਟਾਰਟ ਹੋ ਜਾਣ, ਕਿਉਂਕਿ ਨਾ ਇਸ ਸੰਬੰਧੀ ਪ੍ਰੋਪਰ ਜਾਣਕਾਰੀ ਵੀ ਕਿਵੇਂ ਆਈਡੀ ਕਰਨੀ ਕੀ ਕਰਨੀ ਆ, ਉਹ ਆਈਡੀਆਂ ਤਿਆਰ ਹੋ ਕੇ ਆ ਜਾਣਗੀਆਂ, ਅਤੇ ਉਸ ਮੁਤਾਬਕ ਇਹ ਚੱਲੂ। ਇਹਦੇ ਵਿੱਚ ਹੋਰ ਵੀ ਕੋਈ ਫੰਕਸ਼ਨ ਹੈ ਜਿਵੇਂ ਕੋਈ ਵੀਡੀਓ ਬਣਾਉਣਾ ਜਾਂ ਕੋਈ ਰਿਕਾਰਡਿੰਗ? ਹਾਂ, ਜਿਵੇਂ ਮੋਬਾਈਲ 'ਚ ਫੰਕਸ਼ਨ ਹੈਗੇ ਹੈਗੇ, ਉਹ ਇਸ 'ਚ ਵੀ ਫੰਕਸ਼ਨ ਹੈਗੇ ਹੈਗੇ ਸੈਪਰੇਟ 'ਚ,
सारा कुछ फंक्शन है वह भी ये कई बार कोई बंदा मिसबिहेव कर लग जाता जो मौके पर हैगी भी रिकॉर्डिंग है।